जे कहने भाई घोड़ी लेनी हो किसी ने बेचनी हो इन बंद ने संपर्क कर दो लगे नंबर बोल रहा है मोबाइल नंबर है 99 785 2340 जे एस रंग सिद्धू ਹੋਣ ਵਾਲਾ ਹੀ ਆ ਸੁੱਖ ਨਾਲ ਨੇੜੇ ਹੀ ਆ ਕੰਮ ਹੋਣ ਦਾ ਬਣ ਜਾ ਅਸੀਂ ਤਾਂ ਫੇਰ ਬਣਾ ਦਾਂਗੇ ਤੁਹਾਡੇ ਵਾਲਾ ਕੰਮ ਨਹੀਂ ਭੈਣ ਦੇ ਲਿਓ ਕੀ ਹੈ ਹੋ ਗਈ 80 ਕਿ ਦਿਨਾਂ ਦੀ ਭਾਈ ਅੱਗੇ 70 ਦਾ ਨਾਮ ਨਹੀਂ 70 ਦਿਨਾਂ ਦੀ ਹੋ ਗਈ ਪਹਿਲੀ ਵਾਰ ਪਾਇਆ ਕਿ ਅੱਗੇ ਵੀ ਇੱਕ ਵਾਰ ਅੱਗੇ ਵੀ ਪਾਇਆ ਆਪਾਂ ਪਹਿਲੀ ਵਾਰ ਪਾਇਆ ਕਿਵੇਂ ਲੱਗਦਾ ਵਾ ਬਹੁਤ ਵਧੀਆ ਲੱਗਦਾ ਵੀ ਸੌਖਾ ਪਾਉਣਾ ਨਾ ਬਾਰ ਬਾਰ ਪੱਟੇ ਪਟਾਈ ਕਰਦਾ ਪਾਉਣਾ ਘਰੇ ਆ ਕੇ ਖੇਤ ਚ ਪਾਉਣਾ ਗੁਰਦੀਪ ਬਾਹਰਲੇ ਪਲਾਟ ਚ ਪਾਉਣਾ ਟੋਆ ਪੱਟਿਆ ਕੇ ਉਦਾਂ ਹੀ ਬਾਗਲਾ ਮਾਰਿਆ ਬਾਗਲਾ ਮਾਰ ਕੇ ਨਾ ਪੜਣਾ ਹੋਏ ਰੇ ਬਾਈ ਲਾਈਨਾਂ ਜਿਹੜੀਆਂ ਆਪਾਂ ਪਹਿਲਾਂ ਆਪਾਂ ਦਾਤੀ ਦਾ ਕਟਾਈ ਕਰਦੇ ਹਾਂ ਜਿਹੜੀਆਂ ਲਾਈਨਾਂ ਦੀ ਸਾਈਡਾਂ ਵਾਲਿਆਂ ਦੀ ਤੇ ਉਹ ਪਹਿਲਾਂ ਜਿਹੜੀ ਫਿਰ ਮੜ ਕੇ ਉਹ ਟਰੈਕਟਰ ਦੇ ਬਾਈ ਸਿੱਧੀ ਕਿਉਂ ਮਸ਼ੀਨ ਟਰੈਕਟਰ ਵਾਲੀ ਮੁੜਦੀ ਨਹੀਂ ਬਾਈ ਮਗਰ ਮਸ਼ੀਨ ਤੇ ਪਾਈ ਹੋਈ ਤੇ ਇਸ ਕਰਕੇ ਪਹਿਲਾਂ ਹੱਥਾਂ ਨਾਲ ਕੱਢਣੀ ਪੈਂਦੀ ਆ ਆਪਾਂ ਸਭ ਨਹੀਂ ਪਤਾ ਇੱਕ ਲਾਈਨ ਪਚਾਲਿਓ ਕੱਢਣੀ ਪੈਂਦੀ ਆ 6-7 ਲਾਈਨਾਂ ਜਾਣ ਕੇ 4 ਲਾਈਨਾਂ ਪਚਾਲਿਓ ਵੀ ਦਾਤੀ ਦਾ ਕਟਾਈ ਕਰਨੀ ਪੈਂਦੀ ਆ ਤੇ ਪਹਿਲਾਂ ਕਟਾਈ ਕਰਨ ਲੱਗਿਆ ਮੁੰਡੇ ਤੇ ਇਸ ਤੋਂ ਬਾਅਦ ਉਹ ਨਾਲ ਜਾਂ ਦਿਖਾਈ ਚੱਲਾਂਗੇ ਤੇ ਜਾਣਕਾਰੀ ਵੀ ਦੇਵਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਤੇ ਅੱਜ ਫੇਰ ਆਪਾਂ ਲੱਗਿਆ 4 ਪੌਣੇ ਸੀ ਅੱਜ ਇੱਕ ਨਵੀਂ ਵੀਡੀਓ ਹੋਰ ਆ ਮੱਕੀ ਦੇ ਚਾਰ ਦੇ ਗਈ ਆ ਕੋਰਨ ਸਲਾਈਸ ਦੀ ਆ ਲੱਗਿਆ ਭਾਈ ਅੱਜ ਉੱਪਰ ਮੱਕੀ ਦਾ ਚਾਰ ਪੌਣ ਲੱਗ ਗਿਆ ਮੁੰਡਾ ਕਰਦੀ ਜਾ ਬਾਈ ਗਗਨਾ ਨਾਲ ਜਿਹਦੀ ਮਸ਼ੀਨ ਜਿਹਦੀ ਕਿਰਾਏ ਦੇ ਦੱਸਦੀ ਆ ਅੱਜ ਫੇਰ ਆਪਾਂ ਇੱਕ ਨਵੀਂ ਵੀਡੀਓ ਦੇ ਸਵਾਗਤ ਆ ਤੁਹਾਡਾ ਸਾਰਿਆਂ ਦਾ 13 ਬਾਈ ਮੱਕੀ ਦਾ ਬਸ 4 ਪਾਉਣਾ ਤੇ ਉਹ ਜਵਾਦਰ ਦੇ ਵੀ ਕਟਾਈ ਕਰਨੀ ਉਹਦੀ ਹੱਥਾਂ ਨਾਲ ਤੇ ਬਾਅਦ 'ਚ ਜਿਹੜਾ 4 ਪਾਉਣਾ ਜਿਹੜਾ ਉਹ ਥੋੜ੍ਹਾ ਟਾਈਮ ਵੱਧ ਲਵਾਉਂਦਾ ਪਰ ਬਾਅਦ 'ਚ ਬੰਦਾ ਬਾਈ ਸੁੱਖ ਪਾਉਂਦਾ ਬਾਈ ਜਦੋਂ 2-3 ਮਹੀਨੇ ਬਾਅਦ 4 ਮਹੀਨੇ ਬਾਅਦ ਜਦੋਂ 4 ਬਣ ਜਾਣਾ ਜਦੋਂ ਪੂਰਾ ਤੇ ਉਦੋਂ ਹੀ ਬੰਦਾ ਸੁੱਖ ਪਾਉਂਦਾ ਵਾ ਤੇ ਮੱਕੀ ਬਾਈ ਨੇ ਦੱਸੋ ਕਰਦੀ ਬਾਈ ਦੱਸਣ ਦੇ ਮੁਤਾਬਕ 70 ਦਿਨਾਂ ਦੀ ਮੱਕੀ ਹੋ ਗਈ ਤੇ ਮੱਕੀ ਦੇਖੋ ਕਿੰਨੀ ਵਧੀਆ ਖੜੀ ਆ ਤੇ ਬਾਕੀ ਬਾਂਡ ਵੀ ਠੀਕ ਆ ਅੱਜ ਦਾ ਨਹੀਂ ਤਾਂ ਜਿਹੜੇ ਉਹਨੇ 5-7 ਦਿਨ ਪਹਿਲਾਂ ਪਾਇਆ ਜਿਹੜੀ ਆਪਾਂ ਇੱਕ ਵੀਡੀਓ ਪਹਿਲਾਂ ਪਾਈ ਆ ਪਿਛਲੇ ਹਫ਼ਤੇ ਤੁਹਾਨੂੰ ਪਤਾ ਹੀ ਆ ਤੁਸੀਂ ਦੇਖੀ ਆ ਵੀਡੀਓ ਸਾਰੇ ਟਰੈਕਟਰ ਟਰਾਲੀਆਂ 'ਚ ਖੁੰਝਦੀਆਂ ਗਈਆਂ ਉਹ 'ਚ ਅਤੇ ਮਸ਼ੀਨ ਤਾਂ ਤੁਰਦੀ ਨਹੀਂ ਸੀ ਬਹੁਤ ਔਖੀ ਤੁਰਦੀ ਜਾਂ ਵਾਰ ਵਾਰ ਚੋਗ ਹੋ ਜਾਂ ਗਿੱਲੀ ਸੀ ਮੱਕੀ ਆਹ ਤਾਂ ਮੱਕੀ ਠੀਕ ਆ ਹਾਲੇ ਕੱਦ ਕਾਠ ਵੀ ਪੂਰਾ ਹੀ ਵਧੀਆ ਇਹਦਾ ਵੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਉਮੀਦਾਂ ਕਰਦੇ ਹਾਂ ਵੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਨੂੰ ਜ਼ਰੂਰ ਬਾਈ ਜੀ ਸਬਸਕ੍ਰਾਈਬ ਕਰ ਲਓ ਅਤੇ ਅੱਜ ਵਾਲੀ ਵੀਡੀਓ ਫਿਰ ਬਾਈ ਮੱਕੀ ਦੇ ਅਚਾਰ 'ਤੇ ਹੀ ਆ ਕੋਰਨ ਸਲਾਈਸ 'ਤੇ ਹੀ ਆ ਅਤੇ ਪਿਛਲੇ ਹਫ਼ਤੇ ਵੀ ਆਪਾਂ ਤੁਹਾਨੂੰ ਮੱਕੀ ਦਾ ਅਚਾਰ ਪਾਉਂਦੇ ਤੁਹਾਨੂੰ ਵੀਡੀਓ ਪਾਈ ਆਪਾਂ ਪੇਜ ਦੇ ਉੱਤੇ ਅਤੇ ਪਿਛਲੇ ਹਫ਼ਤੇ ਦਾ ਜਾਣੀ ਕਿ ਵੀ ਬਾਹਣ ਬਹੁਤ ਗਿੱਲਾ ਸੀਗਾ ਟਰੈਕਟਰ ਟਰਾਲੀਆਂ ਖੁੱਭਦੀਆਂ ਬਹੁਤ ਸੀ ਤੁਸੀਂ ਵੀਰ ਪਿਛਲੀ ਵੀਡੀਓ ਦੇਖ ਹੀ ਲਿਆ ਅਤੇ ਜਿਹੜਾ ਆਹ ਬਾਹਣ ਦਾ ਠੀਕ ਲੱਗਦਾ ਹਾਲੇ ਇੱਕ ਵੀਰੇ ਬੇਨਤੀ ਜ਼ਰੂਰ ਕਰਾਂਗੇ ਕਿ ਜਿੱਧਰਲੀ ਸਾਈਡ ਹੜ੍ਹ ਪੀੜਤ ਨਾਲ ਆਪਣੇ ਕਿਸਾਨ ਵੀਰਾਂ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਦਾਂ ਉਹਨਾਂ ਤੱਕ ਖਾਣਾ ਨਹੀਂ ਪਹੁੰਚ ਰਿਹਾ ਪਾਣੀ ਘਰਾਂ ਤੱਕ ਉਹਨਾਂ ਦੇ ਵੀਰੇ ਬਹੁਤ ਜ਼ਿਆਦਾ ਚੜ੍ਹ ਗਿਆ ਆਪਾਂ ਸਭ ਨੂੰ ਹੀ ਪਤਾ ਵਾ ਨਾ ਅਤੇ ਪਸ਼ੂਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਉਹਨਾਂ ਵਾਸਤੇ ਵੀਰੇ ਪੱਠੇ ਕੁੱਤਿਆਂ ਦਾ ਪ੍ਰਬੰਧ ਜ਼ਰੂਰ ਕਰੋ ਉਹਨਾਂ ਦਾ ਖਾਣ ਪੀਣ ਦਾ ਸਮਾਨ ਜ਼ਰੂਰ ਪਹੁੰਚਾਓ ਅਤੇ ਹੋਰ ਜਿੱਦਾਂ ਬੰਨ ਟੁੱਟੇ ਨੇ ਉੱਥੇ ਮਿੱਟੀ ਦੀਆਂ ਭਰ ਕੇ ਟਰਾਲੀਆਂ ਬੋਰੀਆਂ 'ਚ ਮਿੱਟੀ ਪਾ ਕੇ ਟਰਾਲੀਆਂ ਭਰ ਕੇ ਜ਼ਰੂਰ ਲੈ ਕੇ ਜਾਓ ਜਿਹੜੇ ਵੀਰ ਉੱਥੇ ਮਦਦ ਕਰ ਰਹੇ ਆ ਵੀਰੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਮੈਂ ਹੋਰਾਂ ਵੀਰਾਂ ਨੂੰ ਵੀ ਕਹਿੰਦਾ ਵਾਂ ਵੀ ਸਾਰੇ ਜਾਣੇ ਉੱਥੇ ਜਿੰਨੇ ਵੀ ਹੋ ਸਕਦਾ ਵੀ ਨੇੜੇ ਦੇ ਪਿੰਡਾਂ ਵਾਲੇ ਜਾਂ ਦੂਰੋਂ ਵੀ ਜਿੰਨਾ ਵੀ ਚੱਲ ਕੇ ਆ ਸਕਦੇ ਆ ਵੀਰੇ ਜ਼ਰੂਰ ਚੱਲ ਕੇ ਉੱਥੇ ਵੀਰੇ ਉਹਨਾਂ ਦੀ ਹੈਲਪ ਜ਼ਰੂਰ ਕਰੋ ਪਸ਼ੂਆਂ ਵਾਸਤੇ ਵੀ ਕੁਛ ਨਾ ਕੁਛ ਲੈ ਕੇ ਜਾਓ ਪੱਠੇ ਦੱਥੇ ਅਤੇ ਉਹਨਾਂ ਦਾ ਵਾਸਤੇ ਖਾਣ ਪੀਣ ਦਾ ਸਮਾਨ ਵੀ ਵੀਰੇ ਜ਼ਰੂਰ ਲੈ ਕੇ ਜਾਓ ਆਪਾਂ ਸਭ ਨਹੀਂ ਪਤਾ ਵੀ ਉਹਨਾਂ ਦਾ ਹੁਣ ਵੀਰੇ ਪਾਣੀ ਉਹਨਾਂ ਦੇ 6-7 ਫੁੱਟ ਪੂਰੇ ਤਾਹਾਂ ਚੜਿਆ ਹੋਇਆ ਵਾ ਸਭ ਨਹੀਂ ਪਤਾ ਵੀ ਉਹ ਪਾਣੀ ਦੀ ਮਾਰ ਦੇ ਵਿੱਚ ਚੱਲੇ ਹੋਏ ਨੇ ਜੇ ਵੀਰੇ ਪਹਿਲਾਂ ਬਾਈ ਨੇ ਪਹਿਲਾਂ ਭਰ ਕੇ ਤੋਰਤੀ ਕੱਲੀਆਂ ਲਾਈਨਾਂ ਦੇ ਵਿੱਚੋਂ ਹੀ ਭਰ ਗਈ ਜਿਹੜੀ ਹੱਥਾਂ ਨਾਲ ਕਟਾਈ ਕੀਤੀ ਹੋਈ ਸੀ ਇਹਦੇ ਨਾਲ ਹੀ ਟਰਾਲੀ ਇੱਕ ਤਾਂ ਭਰ ਗਈ ਆ ਮੱਕੀ ਵਾਹਵਾ ਭਾਰੀ ਆ ਅਤੇ ਹੁਣ ਆ ਦੂਜੀ ਟਰਾਲੀ ਇੱਧਰ ਆ ਗਈ ਆ ਹਾਂ ਹਾਂ ਬਾਈ ਲੌਕ ਆ ਬਾਈ ਲੌਕ ਆ ਤਾਂ ਭਰ ਗਈ ਬਾਈ ਪਹਿਲੀ ਟਰਾਲੀ ਦਾ ਬਸ ਸਿਰੇ ਲੱਗ ਗਈ ਬਸ ਮਾੜਾ ਮੋਟਾ ਇੱਕ 2 ਕੁ ਮਿੰਟ ਮਸ਼ੀਨ ਵੱਧ ਹੋ ਚੱਲਣੀ ਬਸ
ਤਾਂ ਦੂਜੀ ਟਰਾਲੀ ਦੀ ਤਿਆਰੀ ਆ, ਦੂਜੀ ਟਰਾਲੀ ਕੋਲੇ ਆ ਗਈ ਆ। ਲਓ ਜੀ ਇੱਥੇ ਆਪਾਂ ਲਾਈ ਆ ਮੱਕੀ, ਫਿਰ ਇਹਦੇ ਉੱਤੇ ਚੰਗੀ ਤਰ੍ਹਾਂ ਟਰੈਕਟਰ ਚਲਾ ਕੇ ਗੇੜੇ ਦੇ ਕੇ ਚੰਗੀ ਤਰ੍ਹਾਂ ਦੱਬਾਂਗੇ। ਦੱਬ ਕੇ ਉਹ ਤੋਂ ਬਾਅਦ ਜਦੋਂ ਉੱਤੇ ਲਿਫਾਫੇ ਵਗੈਰਾ ਚੰਗੀ ਤਰ੍ਹਾਂ ਲਿਫਾਫਾ ਲਪੇਟ ਕੇ ਪਾ ਕੇ ਉੱਤੋਂ ਦੀ ਮਿੱਟੀ ਪਾਈ ਜਾਊਗੀ, ਵੀ ਕਿਸੇ ਪਾਸੇ ਹਵਾ ਨਾ ਲੱਗੇ। ਹਵਾ ਜੇ ਪੈ ਗਈ ਤਾਂ ਭਾਈ ਚਾਰ ਪਾਉਣ ਦਾ ਕੋਈ ਫਾਇਦਾ ਨਹੀਂ, ਫਿਰ ਭਾਈ ਚਾਰ ਖਰਾਬ ਹੋ ਜਾਂਦਾ, ਨਾ ਪਸ਼ੂ ਖਾਂਦੇ ਆ ਨਾ ਚਾਰ ਬਣਦੇ ਆ ਜਦ ਨਾਲ, ਅਤੇ ਚਾਰ ਖਰਾਬ ਵੀ ਨਾਲ ਸਮੈਲ ਬਹੁਤ ਜ਼ਿਆਦਾ ਮਾਣ ਲੱਗ ਜਾਂਦੀ ਆ। ਫਿਰ ਇੱਦਾਂ ਠੀਕ ਆ, ਜਦੋਂ ਹਵਾ ਬਿਲਕੁਲ ਨਾ ਪਊ ਤਾਂ ਚਾਰ ਵੀ ਪੂਰਾ ਵਧੀਆ ਪਊ ਅਤੇ ਬਣੂਗਾ ਵੀ ਛੇਤੀ। ਆਹ ਥੋੜ੍ਹੀ ਜਿਹੀ ਰਹਿ ਗਈ, ਆਹ ਲਾਈਨਾਂ ਰਹਿ ਗਈਆਂ ਥੋੜ੍ਹੀਆਂ ਜਿਹੀਆਂ, ਬਸ ਥੋੜ੍ਹੀ ਜਿਹੀ ਰਹਿ ਗਈ, ਅਤੇ ਮਾਣੇ ਕਿ ਥੋੜ੍ਹੀ ਜਿਹੀ ਹੱਥਾਂ ਨਾਲ ਕੁਤਰਨ ਵਾਲੀ ਰਹਿ ਗਈ ਮੱਕੀ। ਉਸ ਤੋਂ ਬਾਅਦ ਮਸ਼ੀਨ ਨਾਲ ਕਟਾਈ ਸ਼ੁਰੂ ਹੋ ਜੂਗੀ, ਮਾਣੇ ਕਿ ਮਸ਼ੀਨ ਚੱਲ ਪੂਗੀ ਲਾਈਨਾਂ ਦੇ ਵਿੱਚ। ਉਦੋਂ ਸਿਰਫ ਟਰੈਕਟਰ ਇੱਕ ਥਾਂ 'ਤੇ ਰੋਕ ਕੇ ਬੈਚ ਲੌਕ ਰੱਖਦੇ ਆ ਨਾ, ਅਤੇ ਉਸ ਤੋਂ ਬਾਅਦ ਮਸ਼ੀਨ ਨਾਲ ਜਾਂ ਚਲੀ ਜਾਊ ਅਤੇ ਕਟਾਈ ਕਰੀ ਜਾਊ। ਹਾਂ ਮਸ਼ੀਨ ਵਾਲਾ ਆਪ ਹੀ ਵਿਚਾਰਾ ਨਾਲ ਲੱਗਿਆ ਪਿਆ ਵਾ ਕੰਮ ਕਰਾਉਣ, ਕਹਿੰਦਾ ਬਾਈ ਇਹਨਾਂ ਦਾ ਹੀ ਆ ਵੀ ਚੱਕ ਦਾ ਮੁੰਡਾ ਜਾਂ ਬਾਈ ਉਹਨਾਂ ਦਾ ਤਾਂ ਨਾਲ ਲੱਗਿਆ ਹੋਇਆ ਬਾਈ। ਅਤੇ ਉੱਦਾਂ ਬਾਅਦ ਜਿੱਥੇ ਕਹੋਗੇ ਉੱਥੇ ਆ ਕੇ ਇਹ ਅਚਾਰ ਪਾ ਦਿੰਦਾ ਵਾ ਜਿੱਥੇ ਮਰਜ਼ੀ ਹੋਵੇ। ਚਲੋ ਮਾੜਾ ਮੋਟਾ ਤੇਲ ਪਾਣੀ ਦਾ ਖਰਚਾ ਮਾੜਾ ਮੋਟਾ ਬੰਦਾ ਅਗਲਾ ਵੱਧ ਲੈ ਲੈਂਦਾ ਵਾ ਬਾੜ ਦੇ ਹਿਸਾਬ ਨਾਲ, ਅਤੇ ਨਹੀਂ ਤਾਂ ਕੰਮ ਬਹੁਤ ਆ ਬੰਦੇ ਦਾ, ਨਾਰਾ ਨਹੀਂ ਲਾਉਂਦਾ ਬਿਲਕੁਲ ਵੀ ਇਹ। ਜਿਹੜਾ ਟਾਈਮ ਦੇ ਤਾ ਉਹੀ ਟਾਈਮ ਦੇ ਬਾਈ ਪਹੁੰਚ ਵਜੇ, ਕਹਿੰਦਾ ਅਗਲੇ ਬਾਈ ਮੈਨੂੰ 2 ਘੰਟੇ ਲੱਗਣਗੇ 2.5 ਘੰਟੇ ਲੱਗਣਗੇ, ਤਾਂ 2-2.5 ਘੰਟੇ ਬਾਅਦ ਪਹੁੰਚ ਜਾਂਦਾ ਹੀ ਨਹੀਂ ਹੈਗਾ ਵੀ ਦੂਜੇ ਦਿਨ। ਪਾਲੋ ਕਰਾਂ ਮਗਰ ਬਣ ਗਿਆ, ਪਾਲੋ ਕਰਾਂ ਕਹਿੰਦਾ ਸਾਰਾ ਪਿੰਡ ਹੀ ਸੱਦ ਲਿਆ ਮੱਕੀਆਂ ਚਾਰ ਪਾਉਣਾ, ਲੱਖਾਂ ਵੀ ਆ ਗਿਆ। ਜੇ ਕਿਸੇ ਨੇ ਬਾਈ ਘੋੜੀ ਲੈਣੀ ਹੋਵੇ ਜਾਂ ਕਿਸੇ ਨੇ ਵੇਚਣੀ ਹੋਵੇ ਇਹਨਾਂ ਬੰਦੇ ਨਾਲ ਸੰਪਰਕ ਕਰ ਲਿਓ। ਲੱਖ ਨੰਬਰ ਬੋਲ ਰਹਾ ਤਾਂ ਫੋਨ ਨੰਬਰ ਹੈ 97785-2340। ਹਾਂ ਜੇ ਐਸ ਸਿੰਘ ਸਿੱਧੂ ਹੋਣ ਵਾਲਾ ਹੀ ਆ, ਸੁੱਖ ਨਾਲ ਨੇੜੇ ਹੀ ਆ ਕੰਮ ਆਉਣ ਦਾ। ਸਾਈਡਾਂ 'ਤੇ ਰੋਟਾਵੇਟਰ ਫੇਰ ਲੱਗੇ ਹੋਏ ਆ ਤਾਂ ਜੋ ਟਰੈਕਟਰ ਟਰਾਲੀ ਮੋੜਨੀ ਸੌਖੀ ਹੋ ਜਾਵੇ, ਯਾਨੀ ਵੀ ਵੱਢਤਾ ਵੀ ਆਉਣ ਦਾ ਵੀ 150 ਗੱਲਾ ਹੋ ਗਿਆ ਉਹ ਆਉਣ ਤਾਂ, ਪਿਛਲੀ ਪੀੜ੍ਹੀ 'ਚ ਆਪਾਂ 100 ਕੁ ਵੱਢਤਾ ਸੀ ਉਦੋਂ। ਅਤੇ ਮੋਬਾਈਲ ਨੰਬਰ ਬੋਲਦੇ ਵੀ ਆਪਾਂ ਨੂੰ ਦਰਸ਼ਕ ਵੀਰਾਂ ਦੁਆਰਾ ਆਪਦਾ ਵੀ ਸਾਰਾ ਮੁੰਡਾ। ਮੋਬਾਈਲ ਨੰਬਰ ਮੇਰਾ 97812-7618। ਦੂਜਾ ਵੀ ਬੋਲਦੇ 97-7-77-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 7
लारा नहीं लाता बंदा बिलकुल भी यह जे बंद ने कहता भी 2.5 घंटे तक आज 2.5 घंटे तक बंद आ जाता वा है ना भी कहीं आई है ना गल तो रोटावेटर भी अपने को सुपर सीडर भी है ना एक काम भाई सारे कर कल मशीन है नहीं पट्टी कपैन बाकी तकरीबन सारा काम ही है बंदा किराए का करता भाई 4 साल इन हो गए भाई बंद कम करते तो वीडियो बाद शेयर करो तो इन सबसक्राइब जरूर कर लियो तो मोबाइल नंबर भाई का डेस्कबिन उत्ते भी दिता जाऊगा साइडा उत्ते रोटावेटर लग्या हुआ मारन मुंडा ये तो आए हैं जमें गुरदीप सारा पेंड ही सद लिया हों मक्की का चार पौन हाँ जी अज फिर आप चार पौन च आ गए ये अपना लगता भतीजा ही मैं इन्हों का चाचा वाहगुरु भी आप पाई थी मक्की का चार इन्होंने पाए जो बंद ट्रैक्टर चला जिंदी मशीन आ पाया से अज ए चाचे के मुंडे का चार पै रहा मक्की की कटाई मक्की तकरीबन 80 दिन की 78 दिन की आ वधिया काम चले वाहेगुरु ये कृपा करे मेहर पर हाथ रखे तंदरुस्तियां बख्शे
ਯਾਰ ਪਾਉਣਾ ਤੇ ਛੱਲੀਆਂ ਤੋੜੀ ਜਾਂਦੇ ਕਹਿੰਦੇ ਅਸੀਂ ਘਰਾਂ ਨੂੰ ਲੈ ਕੇ ਜਾਣੇ ਕਹਿੰਦੇ ਛੱਲੀਆਂ ਛੱਲੀਆਂ ਘਰੇ ਪਕਾਉਣੀਆਂ ਕਹਿੰਦੇ ਆਂਦੇ ਝੋਲਾ ਇੱਕ ਆਹ ਭਰ ਲਿਆ ਲੈ ਇੱਕ ਝੋਲਾ ਉਹ ਭਰ ਲਿਆ ਆਹ ਪਿਆ ਅਰੇ ਅੱਧੀਆਂ ਗਾ ਉਹਦੀਆਂ ਜੇਬ 'ਚ ਪਾਈ ਫਿਰਦਾ ਅੱਧੀਆਂ ਗਾ ਉਹਦੀਆਂ ਜੋ ਲਿਆ ਉਹ ਦੇਖ ਲੈ ਉਹਦੀ ਜੇਬ 'ਚ ਪਾਈ ਫਿਰਦਾ ਲਓ ਵੀ ਮੁੰਡਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭਰਾ ਬਣ ਕੇ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੱਧ ਤੋਂ ਵੱਧ ਭਾਈ ਵੀਡੀਓ ਸ਼ੇਅਰ ਜ਼ਰੂਰ ਵਗੈਰਾ ਵੀਰੇ ਕਰ ਦਿਓ ਸਾਥ ਦੇ ਦਿਓ ਤੁਹਾਡੇ ਵੀਰੇ ਸਾਥ ਦੀ ਬਹੁਤ ਜ਼ਰੂਰਤ ਆ ਅਤੇ ਬਾਕੀ ਇੱਥੇ ਆਪਾਂ ਵੀਡੀਓ ਦਾ ਹੁਣ ਐਂਡ ਕਰਦੇ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ।